ਜੀ ਇਹ ਪਹਾੜੀ ਆ ਜਦੋਂ ਹਜ਼ਰ ਆਦਮ ਦੇ ਸਾਹ ਅੰਮਾ ਵਾ ਦੋਨੋਂ ਨੂੰ ਨੀਚੇ ਉਤਾਰਿਆ ਗਿਆ ਸੀ ਜਾਂ ਤਾਂ ਤੋਬਾ 3.5 ਸਾਲ ਅੱਲਾਹ ਤਾਲਾ ਕੋ ਤੋਬਾ ਕਰਦੇ ਰਹੇ ਸੀ ਮਾਫ਼ੀ ਮੰਗਦੇ ਰਹੇ ਸੀ 3.5 ਸਾਲ ਬਾਅਦ ਫਿਰ ਉਹਨਾਂ ਨੇ ਨਬੀ ਸਲਸਲਾ ਵਾਸਤਾ ਦੇ ਕੇ ਦੁਆ ਮੰਗੀ ਸੀ ਤਾਂ ਉਹ ਕਬੂਲ ਕੀਤੀ ਗਈ ਸੀ ਤੋਬਾ ਇਹ ਤੋਬਾ ਦੀ ਪਹਾੜੀ ਆ ਓਕੇ ਅਤੇ ਇੱਥੇ ਹੀ ਨਬੀ ਸਲਸਲਾ ਆਪਣਾ ਜਾਣ ਦੇ ਵਕਤ ਸਾਡੀ ਸਾਰੀ ਉਮਰ ਜਿਹੜੀ ਉਹਦੇ ਬਖਸ਼ਿਸ਼ ਦੀ ਦੁਆ ਕੀਤੀ ਸੀ ਜਬਲੇ ਰਹਿਮਤ ਵੀ ਕਹਿੰਦੇ ਨੇ ਜਬਲੇ ਰਹਿਮਤ ਵੀ ਕਹਿੰਦੇ ਨੇ ਅਤੇ ਮੋਸਟਲੀ ਤੋਬਾ ਵਾਸਤੇ ਦੁਆ ਕੀਤੀ ਜਾਂਦੀ ਆ ਹੁਣੇ ਇਨਸ਼ਾਅੱਲਾ ਕੋਸ਼ਿਸ਼ ਕਰਕੇ ਨਾ ਜੀ ਉਹ ਪਹਾੜੀ ਹੈ ਰਸਤਾ ਸਹੀ ਇੱਦਾਂ ਚੜ੍ਹਨਾ